ਅੱਜ ਜੋਨੇ ਕੇ ਪੰਪ ਹਰੀਕੇ ਇੱਕ SHO ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10,000 ਰੁਪਏ ਅਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਉਹ ਖੋ ਕੇ ਭੱਜੇ ਆ। ਉੱਥੇ ਮੌਕੇ 'ਤੇ ਇਨਫੋਰਮੇਸ਼ਨ ਮਿਲਦੀ SHO ਹਰੀਕੇ ਨੇ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਉੱਥੋਂ ਭੱਜਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲ ਨੂੰ ਆਪਣੀ ਮੋੜ ਲਈ ਸੀਗੀ। ਨਾਲ ਹੀ ਅੱਗੇ ਆਪਣੇ SHO ਸਦਰ ਪੱਟੀ ਗੁਰਚਰਨ ਸਿੰਘ ਇਹਨਾਂ ਨੂੰ SHO ਨੇ ਇਨਫੋਰਮ ਕੀਤਾ ਅਤੇ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਅਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕਿ ਕੱਚੀ ਪੱਟੜੀ 'ਤੇ ਨਾਲ ਗੱਡੀ ਤਾਰ ਲਈ ਅਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਜਦੋਂ ਮਗਰ ਇਹਨਾਂ ਦੇ ਭੱਜੀ ਹੈ ਅਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਹੈ ਅਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ PH ਦਾ ਜਵਾਨ ਸੀਗਾ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪੱਗ 'ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਅਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਦੇ ਵਿੱਚ ਗੋਲੀ ਵੱਜੀ ਅਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ 'ਤੇ ਅਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ 32 ਬੋਰ ਦਾ ਉਹ ਬਰਾਮਦ ਹੋਇਆ। ਸਰ ਕੋਈ ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਜ ਸਿੰਘ ਉਹ ਤੁਸੀਂ ਜਿਵੇਂ ਇੱਥੇ ਮੌਕੇ 'ਤੇ ਵੇਖਿਆ ਕਾਫੀ ਵੱਡਾ ਬਾਗ ਹੈ ਅਤੇ ਦਰਖਤ ਜਿਹੜੇ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵੱਜਣ 'ਚ ਫਰਾਰ ਹੋ ਗਿਆ। ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ 'ਤੇ ਪਹਿਲਾਂ? ਇਹਨਾਂ 'ਤੇ 5 ਮੁਕੱਦਮੇ ਆਲਰੇਡੀ ਆਰਮਡ ਲੂਟ ਅਤੇ ਰੋਬਰੀ ਦੇ ਦਰਜ ਨੇ ਅਤੇ ਇਹ ਜੇਲ੍ਹ 'ਚ ਵੀ ਰਹਿ ਕੇ ਆਏ ਨੇ। ਇਸ ਤੋਂ ਬਾਅਦ ਇੱਕ 80/24 ਮੁਕੱਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਇਹ ਉਡਿੰਦੇ ਸੀਗੇ ਅਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਭੱਜੇ ਸੀਗੇ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ। ਸਰ ਕੋਈ ਗੈਂਗ ਨਾਲ ਰਿਲੇਟਿਡ? ਦੇਖੋ ਹੁਣੇ ਬਿਲਕੁਲ ਅਸੀਂ ਮੌਕੇ 'ਤੇ ਪਹੁੰਚੇ ਹੀ ਹੈ, ਇਹ ਦੋਵੇਂ ਬੰਦੇ ਦੇ ਕੋਮਨ ਹੀ ਪਰਚੇ ਸੀਗੇ ਅਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਲੁੱਟ ਖੋਹਾਂ ਦੀ ਵਾਰਦਾਤ 'ਚ ਇਨਵੋਲ ਸੀਗੇ ਉਹ ਅੱਗੇ ਦੀ ਤਫਤੀਸ਼ ਅਸੀਂ ਕਰਦੇ ਨੇ। ਅੱਜ ਜੋਨੇ ਕੇ ਪੰਪ ਹਰੀਕੇ ਇੱਕ SHO ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10,000 ਰੁਪਏ ਅਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਉਹ ਖੋ ਕੇ ਭੱਜੇ ਆ। ਉੱਥੇ ਮੌਕੇ 'ਤੇ ਇਨਫੋਰਮੇਸ਼ਨ ਮਿਲਦੀ SHO ਹਰੀਕੇ ਨੇ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਉੱਥੋਂ ਭੱਜਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲ ਨੂੰ ਆਪਣੀ ਮੋੜ ਲਈ ਸੀਗੀ। ਨਾਲ ਹੀ ਅੱਗੇ ਆਪਣੇ SHO ਸਦਰ ਪੱਟੀ ਗੁਰਚਰਨ ਸਿੰਘ ਇਹਨਾਂ ਨੂੰ SHO ਨੇ ਇਨਫੋਰਮ ਕੀਤਾ ਅਤੇ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਅਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕਿ ਕੱਚੀ ਪੱਟੜੀ 'ਤੇ ਨਾਲ ਗੱਡੀ ਤਾਰ ਲਈ ਅਤੇ ਗੱਡੀ ਰੋਕ ਕੇ ਪੁਲਿਸ ਜਦੋਂ ਮਗਰ ਇਹਨਾਂ ਦੇ ਭੱਜੀ ਹੈ ਅਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਹੈ ਅਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ PH ਦਾ ਜਵਾਨ ਸੀਗਾ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪੱਗ 'ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਅਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਦੇ ਵਿੱਚ ਗੋਲੀ ਵੱਜੀ ਅਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ 'ਤੇ ਅਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ 32 ਬੋਰ ਦਾ ਉਹ ਬਰਾਮਦ ਹੋਇਆ। ਸਰ ਕੋਈ ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਜ ਸਿੰਘ ਉਹ ਤੁਸੀਂ ਜਿਵੇਂ ਇੱਥੇ ਮੌਕੇ 'ਤੇ ਵੇਖਿਆ ਕਾਫੀ ਵੱਡਾ ਬਾਗ ਹੈ ਅਤੇ ਦਰਖਤ ਜਿਹੜੇ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵੱਜਣ 'ਚ ਫਰਾਰ ਹੋ ਗਿਆ। ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ 'ਤੇ ਪਹਿਲਾਂ? ਇਹਨਾਂ 'ਤੇ 5 ਮੁਕੱਦਮੇ ਆਲਰੇਡੀ ਆਰਮਡ ਲੂਟ ਅਤੇ ਰੋਬਰੀ ਦੇ ਦਰਜ ਨੇ ਅਤੇ ਇਹ ਜੇਲ੍ਹ 'ਚ ਵੀ ਰਹਿ ਕੇ ਆਏ ਨੇ। ਇਸ ਤੋਂ ਬਾਅਦ ਇੱਕ 80/24 ਮੁਕੱਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਇਹ ਉਡਿੰਦੇ ਸੀਗੇ ਅਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਭੱਜੇ ਸੀਗੇ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ। ਸਰ ਕੋਈ ਗੈਂਗ ਨਾਲ ਰਿਲੇਟਿਡ? ਦੇਖੋ ਹੁਣੇ ਬਿਲਕੁਲ ਅਸੀਂ ਮੌਕੇ 'ਤੇ ਪਹੁੰਚੇ ਹੀ ਹੈ, ਇਹ ਦੋਵੇਂ ਬੰਦੇ ਦੇ ਕੋਮਨ ਹੀ ਪਰਚੇ ਸੀਗੇ
ਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਲੁੱਟ ਖੋਹਾਂ ਦੀ ਵਾਰਦਾਤ ਚ ਇਨਵੋਲ ਸੀਗੇ ਉਹ ਅੱਗੇ ਦੀ ਤਫਤੀਸ਼ ਅਸੀਂ ਕਰਦੇ ਨੇ। ਅੱਜ ਜੋਨੇ ਕੇ ਪੰਪ ਹਰੀਕੇ ਇੱਕ SHO ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10,000 ਰੁਪਏ ਅਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਉਹ ਖੋ ਕੇ ਭੱਜੇ ਆ। ਉੱਥੇ ਮੌਕੇ 'ਤੇ ਇਨਫੋਰਮੇਸ਼ਨ ਮਿਲਦੀ SHO ਹਰੀਕੇ ਨੇ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਉੱਥੋਂ ਵੱਜਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲੋਂ ਆਪਣੀ ਮੋੜ ਲਈ ਸੀਗੀ। ਨਾਲ ਹੀ ਅੱਗੇ ਆਪਣੇ SHO ਸਦਰ ਪੱਟੀ ਗੁਰਚਰਨ ਸਿੰਘ ਇਹਨਾਂ ਨੂੰ SHO ਨੇ ਇਨਫੋਰਮ ਕੀਤਾ ਅਤੇ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਅਤੇ ਉਹ ਇੱਥੇ ਆਪਣੇ ਬਾਗ ਲਾਗੇ ਆ ਕੇ ਕੱਚੀ ਪੱਟੜੀ 'ਤੇ ਗੱਡੀ ਤਾਰ ਲਈ ਅਤੇ ਗੱਡੀ ਰੋਕ ਕੇ ਪੁਲਿਸ ਜਦੋਂ ਮਗਰ ਇਹਨਾਂ ਦੇ ਵੱਜੀ ਹੈ ਅਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਹੈ ਅਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ PH ਦਾ ਜਵਾਨ ਸੀਗਾ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪੱਗ 'ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਅਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਦੇ ਵਿੱਚ ਗੋਲੀ ਵੱਜੀ ਅਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ 'ਤੇ ਅਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ 32 ਬੋਰ ਦਾ ਉਹ ਬਰਾਮਦ ਹੋਇਆ। ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਜ ਸਿੰਘ ਉਹ ਤੁਸੀਂ ਜਿਵੇਂ ਇੱਥੇ ਮੌਕੇ 'ਤੇ ਵੇਖਿਆ ਕਾਫੀ ਵੱਡਾ ਬਾਗ ਹੈ ਅਤੇ ਦਰਖਤ ਜਿਹੜੇ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵੱਜਣ 'ਚ ਫਰਾਰ ਹੋ ਗਿਆ। ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੋਂ ਪਹਿਲਾਂ? ਇਹਨਾਂ 'ਤੇ 5 ਮੁਕੱਦਮੇ ਆਲਰੇਡੀ ਆਰਮਡ ਲੂਟ ਅਤੇ ਰੋਬਰੀ ਦੇ ਦਰਜ ਨੇ ਅਤੇ ਇਹ ਜੇਲ੍ਹ 'ਚ ਵੀ ਰਹਿ ਕੇ ਆਏ ਨੇ। ਇਸ ਤੋਂ ਬਾਅਦ ਇੱਕ 80/24 ਮੁਕੱਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਇਹ ਉਡੀਂਦੇ ਸੀਗੇ ਅਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਭੱਜੇ ਸੀਗੇ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ। ਸਰ ਕੋਈ ਗੈਂਗ ਨਾਲ ਰਿਲੇਟਡ? ਦੇਖੋ ਹੁਣੇ ਬਿਲਕੁਲ ਅਸੀਂ ਮੌਕੇ 'ਤੇ ਪਹੁੰਚੇ ਹੀ ਹੈ। ਇਹ ਦੋਵੇਂ ਬੰਦੇ ਦੇ ਕੋਮਨ ਹੀ ਪਰਚੇ ਸੀਗੇ ਅਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਲੁੱਟ ਖੋਹਾਂ ਦੀ ਵਾਰਦਾਤ 'ਚ ਇਨਵੋਲ ਸੀਗੇ ਉਹ ਅੱਗੇ ਦੀ ਤਫਤੀਸ਼ ਅਸੀਂ ਕਰਦੇ ਨੇ।